ਸ਼੍ਰੀ ਅਕਾਲ ਜੀ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ, ਅਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਸੁਖੀ ਹੋਵੋਗੇ, ਆਪਣੀ ਚੜ੍ਹਦੀ ਕਲਾ 'ਚ ਹੋਵੋਗੇ। ਅਤੇ ਅੱਜ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਥੋੜ੍ਹੀ ਜਿਹੀ ਸਾਡੀ ਜਿਹੜੀ ਮਿਹਨਤ ਆ ਉਹ ਸਾਡੇ ਜੀਵਨ ਨੂੰ ਕਿੰਨਾ ਸਫਲਾ ਬਣਾ ਸਕਦੀ ਹੈ। ਕੁਦਰਤ ਨੇ ਸਾਨੂੰ ਬੜੀਆਂ ਅਨਮੋਲ ਦਾਤਾਂ ਦਿੱਤੀਆਂ ਵਾ, ਪਰ ਜੇ ਅਸੀਂ ਉਹਨਾਂ ਦੀ ਕਦਰ ਕਰੀਏ। ਆ ਦੇਖੋ, ਆਪਾਂ ਬੀਜੀਆਂ ਸੀ ਜਿਹੜੀ ਮੱਕੀ ਬੀਜੀ ਸੀ, ਅਤੇ ਇਹਨੂੰ ਹੁਣ ਜਿਹੜਾ ਵਾ ਫਲ ਲੱਗਣਾ ਸਟਾਰਟ ਹੋ ਗਿਆ ਵਾ, ਛਿੱਲੀਆਂ ਬਣਨੀਆਂ ਸਟਾਰਟ ਹੋ ਗਈਆਂ ਵਾ। ਅਤੇ ਆਹ ਵਾਲਾ ਲਸਣ ਪਿਆਜ਼ ਜਿੰਨਾ ਵੀ ਇਹ ਹੋਇਆ, ਇਹਨੂੰ ਮੈਂ ਅੱਜ ਜਿਹੜੀ ਇਹਦੀ ਹਾਰਵੈਸਟਿੰਗ ਕਰ ਲੈਣੀ। ਥੋੜ੍ਹਾ ਪਾਣੀ ਲਗਾ ਤਾ ਕਿ ਇਹਨੂੰ ਪੁੱਟਣਾ ਸੌਖਾ ਹੋ ਜੂਗਾ। ਅਤੇ ਆਪਣਾ ਧਨੀਏ ਦਾ ਬੀਜ ਵੀ ਵੱਧ ਤੋਂ ਵੱਧ ਹਫ਼ਤਾ ਕੁ ਹੋਰ ਲੱਗਣਾ, ਇਹ ਸਾਰਾ ਬਣ ਕੇ ਰੈਡੀ ਹੋ ਜਾਣਾ। ਇਹ ਸਾਰਾ 20 ਰੁਪਏ ਦਾ ਅਸੀਂ ਧਨੀਆ ਲਿਆਂਦਾ ਸੀ, ਅਤੇ ਦੇਖੋ ਮਤਲਬ ਇਹਦਾ ਕਿੰਨਾ ਬੀਜ ਬਣ ਜਾਣਾ। ਅਤੇ ਕਿਉਂ ਦੋ ਤਿੰਨ ਵਾਰੀ ਅਸੀਂ ਬੀਜ ਵੀ ਲਿਆ ਧਨੀਆ। ਅਤੇ ਪਰਮਾਤਮਾ ਦੀ ਕਿਰਪਾ ਇੰਨੀ ਜ਼ਿਆਦੀ ਆ। ਇੱਧਰ ਵੇਖੋ, ਆਪਾਂ ਨਾ ਤੁਹਾਨੂੰ ਵਿਖਾਉਂਦੇ ਹਾਂ ਬਿਲਕੁਲ ਨਜ਼ਦੀਕ ਤੋਂ। ਦੇਖੋ ਅਮਰੂਦ ਲੱਗੇ ਹੋਏ, ਅਤੇ ਇਹ ਬੂਟਾ ਨਾ ਇਸ ਵਾਰ ਵਾਹਿਗੁਰੂ ਦੀ ਕਿਰਪਾ ਅਮਰੂਦਾਂ ਨਾਲ ਭਰਿਆ ਹੀ ਪਿਆ ਵਾ, ਬਹੁਤ ਅਮਰੂਦ ਲੱਗੇ ਆ। ਅਤੇ ਚਲੋ ਫਲ ਪਰਮਾਤਮਾ ਨੇ ਲਾਇਆ ਬੱਚਿਆਂ ਦੇ ਕਰਮਾਂ ਲਈ, ਜੋ ਵੀ ਕੋਈ ਭੈਣ ਭਰਾ ਆਏਗਾ, ਹੈ ਨਾ, ਇਹ ਤਾਂ ਵਾਹਿਗੁਰੂ ਦੀ ਦਾਤ ਆ। ਕਿਉਂਕਿ ਆਪਾਂ ਬੀਜ ਉਗਾ ਸਕਦੇ ਹਾਂ, ਬੀਜ ਸਕਦੇ ਹਾਂ, ਪਰ ਉਹਨੂੰ ਉਗਾਉਣਾ, ਉਹਨੂੰ ਫਲ ਲਗਾਉਣਾ ਇਹ ਪਰਮਾਤਮਾ ਦੇ ਹੱਥ ਵੱਸ ਹੁੰਦਾ ਵਾ। ਇਹ ਆ ਪੁਦੀਨਾ ਆਪਣਾ ਬਹੁਤ ਸਾਰਾ, ਅਤੇ ਹੋਰ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਹਾਰਵੈਸਟਿੰਗ ਥੋੜ੍ਹੀ ਬਹੁਤੀ। ਆਖੋ ਸ਼ਲਕਮ ਅਪ੍ਰੈਲ ਦਾ ਮਹੀਨਾ ਵਾ ਚੱਲ ਰਿਹਾ, ਸੋਰੀ ਮਈ ਦਾ। ਅਤੇ ਆਹ ਹੋ ਗਈ ਆਪਣੀ ਚੁਕੰਦਰ ਰੈਡੀ ਖਾਣ ਵਾਸਤੇ। ਅਤੇ ਆਹ ਸਾਰੇ ਸ਼ਲਗਮ ਹੈ ਇਸ ਲਾਈਨ ਦੇ ਵਿੱਚ। ਧਨੀਆ ਇੱਧਰਲੀ ਲਾਈਨ 'ਚ ਆ, ਧਨੀਆ ਥੋੜ੍ਹਾ ਘੱਟ ਆ, ਧਨੀਆ ਅਤੇ ਪਾਲਕ। ਇਹ ਆਪਾਂ ਇਸ ਲਈ ਦੁਬਾਰਾ ਇੱਕ ਵਾਰ ਇਹਨੂੰ ਉਗਾਉਣਾ ਵਾ, ਅਤੇ ਇੱਥੇ ਬੀਜੀਆਂ ਵਾ ਆਪਾਂ ਮੂਲੀਆਂ। ਦੇਖੋ ਮੂਲੀਆਂ ਵੀ ਤਿਆਰ ਨੇ ਖਾਣ ਵਾਸਤੇ। ਅਤੇ ਇਸ ਤੋਂ ਇਲਾਵਾ ਮੈਂ ਸਿਰਫ ਗੱਲ ਇੰਨੀ ਕਿਹਾ ਕਿ ਆਪਾਂ ਨੂੰ ਨਾ ਪਹਿਲਾਂ ਜਿਹੜੇ ਜਿਹੜੇ ਪੰਜਾਬ ਦੇ ਵਸਨੀਕ ਆ, ਉਹਨਾਂ ਨੂੰ ਸ਼ੁਕਰ ਕਰਨਾ ਚਾਹੀਦਾ ਵਾਹਿਗੁਰੂ ਦਾ, ਰੱਬ ਦਾ, ਕਿ ਤੁਸੀਂ ਸਾਨੂੰ ਬਹੁਤ ਸੋਹਣੀ ਧਰਤੀ ਅਤੇ ਜਿਹੜਾ ਜੀਵਨ ਬਖਸ਼ਿਆ ਵਾ। ਇੱਥੇ ਕੋਈ ਆਪ ਭੁੱਖਾ ਮਰਨਾ ਚਾਹੇ ਤਾਂ ਜੀ ਸਦਕੇ ਮਰੇ, ਪਰ ਪਰਮਾਤਮਾ ਦੀ ਇੰਨੀ ਕਿਰਪਾ, ਇੰਨੀ ਉਪਜਾਊ ਧਰਤੀ ਆ ਕਿ ਉਹ ਭੁੱਖਾ ਨਹੀਂ ਮਰਨ ਦਿੰਦਾ। ਤੁਸੀਂ 5-10 ਰੁਪਏ ਦੇ ਬੀਜ ਸੁੱਟ ਦਿਓ, ਅਤੇ ਫੈਮਿਲੀ ਦੇ ਖਾਣ ਵਾਸਤੇ ਸਬਜ਼ੀਆਂ ਜਿਹੜੀਆਂ ਵਾ ਉਹ ਵਾਧੂ ਉਗਾਉਂਦੀਆਂ ਵਾ। ਅੱਜ ਕੱਲ੍ਹ ਤਾਂ ਰੌਲਾ ਵੀ ਇਹੀ ਪੈਣ ਡਿਆ ਵੀ ਕੱਚੀਆਂ ਚੀਜ਼ਾਂ ਖਾਓ, ਕੱਚੀਆਂ ਸਬਜ਼ੀਆਂ, ਹੈ ਨਾ। ਹੁਣ ਜੇ ਨਹੀਂ ਕਿਸੇ ਕੋਲ ਲੂਣ ਤੇਲ ਬਹੁਤ ਜ਼ਿਆਦਾ ਮਾਤਰਾ 'ਚ ਹੈਗਾ, ਤਾਂ ਉਹਨੂੰ ਭਾਵੇਂ ਵਿਚਾਰਾ ਇੱਕ ਗਰੀਬ ਤੋਂ ਗਰੀਬ ਬੰਦਾ ਵੀ ਗੁਜ਼ਾਰਾ ਕਰ ਸਕਦਾ, ਚਾਹੇ ਉਹ ਕੱਚੀ ਚੀਜ਼ ਖਾ ਕੇ ਕਿਉਂ ਨਾ ਗੁਜ਼ਾਰਾ ਕਰ ਲਏ, ਅਤੇ ਇੱਕ ਘਰ ਦੀ ਸ਼ੁੱਧ ਚੀਜ਼। ਹੁਣ ਬਾਕੀ ਇੱਕ ਗੱਲ ਇਹ ਵੀ ਆ ਕਿ ਘਰ ਦੀਆਂ ਸਬਜ਼ੀਆਂ ਸਾਡੇ ਜਿਹੜਾ ਵਾ ਖਰਚ ਨੂੰ ਵੀ ਬਚਾਉਂਦੀਆਂ ਅਤੇ ਸਿਹਤ ਨੂੰ ਵੀ ਠੀਕ ਰੱਖਦੀਆਂ ਵਾ। ਆ ਭਿੰਡੀਆਂ ਹਜੇ ਨਾ ਬੂਟੇ ਮਤਲਬ ਚੰਗੀ ਗਰੋਥ ਤਾਂ ਨਹੀਂ ਹੋਈ, ਪਰ ਫਿਰ ਵੀ ਖਾਣ ਜੋਗੀਆਂ 2-4 ਲੱਖ ਹੁੰਦੀਆਂ ਵਾ। ਇੱਧਰ ਦੇਖੋ ਆ ਮਿਰਚਾਂ ਵਾ, ਕੱਲ੍ਹ ਵੀ ਮੈਂ ਇਹਨਾਂ ਤੋਂ ਤੋੜ ਕੇ ਖੜੀਆਂ ਸੀ, ਅਜੇ ਵਿਚਾਰੇ ਬਸ ਨਾ ਇਹਨਾਂ ਨੂੰ ਮਿਰਚਾਂ ਲੱਗਣੀਆਂ ਸਟਾਰਟ ਹੀ ਹੋਈਆਂ ਵਾ। ਆਹ ਦੇਖੋ ਫਿਰ ਕਿੰਨੀ ਸੋਹਣੀ ਮਿਰਚ ਲੱਗੀ। ਆਹ ਇਹਨੂੰ ਰਾਤ ਨੂੰ ਤੋੜਾਂਗੇ ਖਾਣ ਵਾਸਤੇ, ਫਰੈਸ਼ ਹੀ ਉਹਨਾਂ ਹੀ, ਕਿਉਂਕਿ ਉਹਨਾਂ ਸਵੇਰ ਦੀ ਤੋੜ ਕੇ ਰੱਖੀ ਹੋਈ ਅਤੇ ਉਹ ਇੰਨੀ ਵਧੀਆ ਨਹੀਂ ਰਹਿਣੀ ਖਾਣ ਵਾਲੀ। ਬਾਕੀ ਆਹ ਸਾਰੇ ਸਬਜ਼ੀਆਂ ਲੱਗਣੀਆਂ ਸਟਾਰਟ ਹੋ ਗਈਆਂ ਵਾ। ਇੱਧਰ ਆ ਗਿਆ, ਪਾਣੀ ਲਾਇਆ ਸੀ ਅਤੇ ਜ਼ਿਆਦਾ ਪਾਣੀ ਭਰ ਗਿਆ। ਦੇਖੋ ਛੋਟਾ ਜਿਹਾ ਲੱਗਾ ਕੱਦੂ, ਅਤੇ ਗਾੜੀ ਫਲੀਆਂ ਵੀ ਲੱਗ ਗਈਆਂ ਖਾਣ ਵਾਲੀਆਂ।
ਫਲੀਆਂ ਦੀ ਸਬਜ਼ੀ ਆਹ ਦੇਖੋ ਕਿੰਨੀਆਂ ਲੰਬੀਆਂ ਲੰਬੀਆਂ ਫਲੀਆਂ, ਸਾਰੇ ਬੂਟੇ ਜਿਹੜੇ ਆ ਭਰ ਗਏ ਫਲੀਆਂ ਦੇ ਨਾਲ, ਫਲੀਆਂ ਵੀ ਲੱਗ ਗਈਆਂ ਵਾ। ਇੱਕ ਦੋ ਆਲੂ ਪਾਓ ਅਤੇ ਫਲੀਆਂ ਦੀ ਸਬਜ਼ੀ ਬਣ ਜਾਂਦੀ ਆ। ਇਹਦੇ ਫਲੀਆਂ ਬਣਾ ਲਓ ਚਾਹੇ ਪਿਆਜ਼ ਪਾ ਕੇ ਬਣਾ ਲਓ, ਇਹਦੀ ਆਪਣੀ ਮਰਜ਼ੀ ਆ। ਗਾਜਰਾਂ ਅਜੇ ਬਰੀਕ ਆ, ਇਹ ਗਾਜਰਾਂ ਬੀਜੀਆਂ ਸੀ। ਅਤੇ ਬਾਕੀ ਸਿਰਫ ਕਹਿਣ ਦਾ ਮਕਸਦ ਇਹ ਆ ਕਿ ਛੋਟੇ ਮੋਟੇ ਕੰਮ ਜੇ ਆਪਣੇ ਮਤਲਬ ਮੈਂਬਰ ਫੈਮਿਲੀ ਮੈਂਬਰ ਜੈਂਟਸ ਮੈਂਬਰ ਜੇ ਕੰਮ 'ਤੇ ਜਾਂਦੇ ਆ, ਜੋਬ ਕਰਦੇ ਆ ਜਾਂ ਕਿਤੇ ਵੀ ਆ, ਦੂਰ ਨੇੜੇ ਵੀ ਆ, ਅਤੇ ਆਪਾਂ ਘਰ 'ਚ ਲੇਡੀਜ਼ ਆਪਣੀ ਫੈਮਿਲੀ ਦੀ ਛੋਟੇ ਮੋਟੇ ਕੰਮ ਕਰ ਸਕਦੇ ਹਾਂ। ਮੰਨਦੇ ਹਾਂ ਕਿ ਕਿਸੇ ਵੇਲੇ ਸਰੀਰ ਦੀਆਂ ਸੋ ਪ੍ਰੋਬਲਮ ਹੁੰਦੀਆਂ ਵਾ, ਕੰਮ ਕਰਨੇ ਔਖੇ ਲੱਗਦੇ ਆ, ਪਰ ਜੇ ਆਪਾਂ ਆਪਣੇ ਪਰਿਵਾਰ ਵੱਲ ਵੇਖੀ ਤਾਂ ਬੰਦਾ ਫਿਰ ਉੱਠ ਕੇ ਕੰਮ ਨੂੰ ਲੱਗ ਹੀ ਪੈਂਦਾ ਵੀ ਨਹੀਂ ਮੈਂ ਆਪਣੇ ਬੱਚਿਆਂ ਦੀ, ਕਿਉਂਕਿ ਹੁਣ ਪ੍ਰੋਬਲਮਸ ਤਾਂ ਜੈਂਟਸ ਨੂੰ ਵੀ ਸੇਮ ਹੋ ਹੀ ਜਾਂਦੀ ਆ ਨਾ, ਵੀ ਸਰੀਰ ਦੁੱਖ ਰਿਹਾ ਇੱਦਾਂ, ਪਰ ਉਹ ਵੀ ਸਾਡੇ ਲਈ ਸਾਰਾ ਦਿਨ ਕੰਮ ਕਰਦੇ ਨੇ ਘਰ ਤੋਂ ਬਾਹਰ, ਅਤੇ ਸਾਨੂੰ ਵੀ ਆਪਣਾ ਫਰਜ਼ ਸਮਝ ਕੇ ਜ਼ਿਆਦਾ ਨਹੀਂ ਤਾਂ ਛੋਟੀਆਂ ਮੋਟੀਆਂ ਜ਼ਿੰਮੇਵਾਰੀਆਂ ਜ਼ਰੂਰ ਨਿਭਾਉਣੀਆਂ ਚਾਹੀਦੀਆਂ ਵਾ। ਹੁਣ ਇਹ ਆ ਕਿ ਆ ਦੇਖੋ ਇਹ ਜਿਹੜੀ ਫਸਲ ਵਾੜੀ ਆ, ਵੇਖੇ ਉੱਪਰੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਕੀ ਕਹੋਗੇ ਕਿ ਥੋੜ੍ਹੀ ਜਿਹੀ ਸਬਜ਼ੀ ਬੀਜੀਏ ਖਾਣ ਵਾਸਤੇ, ਪਰ ਜਦੋਂ ਫੁੱਲ ਫਲੈਸ਼ਡ ਇੱਥੇ ਸਬਜ਼ੀ ਲੱਗਣੀ ਸਟਾਰਟ ਹੋ ਗਈ ਅਤੇ ਆਪਣੇ ਘਰ ਦਾ ਕੀ ਲਾਗੇ ਹੋਰ ਦੋਵਾਂ ਆਂਢ ਗੁਆਂਢ ਵਾਲਿਆਂ ਦਾ ਵੀ ਗੁਜ਼ਾਰਾ ਹੋਣਾ ਸ਼ੁਰੂ ਹੋ ਜਾਂਦਾ ਵਾ। ਅਤੇ ਇੱਕ ਤਾਜ਼ਾ ਫਰੈਸ਼ ਸਬਜ਼ੀ, ਇਹ ਨਹੀਂ ਕਿ ਕੋਈ ਬਾਜ਼ਾਰ ਦੀ ਦਵਾਈਆਂ ਦੀ ਮਾਰੀ ਆ ਜਾਂ ਪਤਾ ਹੀ ਨਹੀਂ ਕਿ ਕੀ ਕੈਮੀਕਲ ਪਾਏ ਆ। ਇਸ ਲਈ ਚਲੋ ਮੈਂ ਕੋਈ ਉਪਦੇਸ਼ ਤਾਂ ਨਹੀਂ ਦੇਣਾ ਚਾਹੁੰਦੀ ਕਿ ਸਬਜ਼ੀ ਉਗਾਓ ਜੀ ਫਲਾਨ ਕਰੋ, ਪਰ ਸਾਨੂੰ ਆਪਣਾ ਜਿਹੜਾ ਜੀਵਨ ਹੈ ਨਾ ਕੀਮਤੀ ਜੀਵਨ, ਇਸ ਨੂੰ ਵਧੀਆ ਬਣਾਏ ਰੱਖਣ ਲਈ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਲਈ ਥੋੜ੍ਹੀ ਜਿਹੀ ਮਿਹਨਤ ਕਰਨੀ ਜ਼ਰੂਰ ਲਾਜ਼ਮੀ ਬਣਦੀ ਹੈ। ਚਾਹੇ ਤੁਹਾਡੇ ਕੋਲ ਬਹੁਤ ਥੋੜ੍ਹੀ ਜਗ੍ਹਾ ਵਾ, ਗਮਲਿਆਂ 'ਚ ਬੀਜੋ, ਲਿਫਾਫਿਆਂ 'ਚ ਭਰ ਕੇ ਮਿੱਟੀ ਬੀਜੋ, ਕਿਸੇ ਤਰ੍ਹਾਂ ਵੀ ਬੀਜੋ, ਆਪਣੇ ਘਰ ਲਈ ਜਿਹੜੀ ਆ ਔਰਗੈਨਿਕ ਸਬਜ਼ੀ ਜ਼ਰੂਰ ਉਗਾਓ, ਤਾਂ ਕਿ ਜਿਸ ਪਰਿਵਾਰ ਲਈ ਅਸੀਂ ਦਿਨ ਰਾਤ ਖਪਦੇ ਹਾਂ, ਮਿਹਨਤ ਕਰਦੇ ਹਾਂ, ਪੈਸਾ ਪੈਸਾ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਉਹਨਾਂ ਦੀ ਸਿਹਤ ਵੀ ਆਪਾਂ ਆਪਣੀ ਮਿਹਨਤ ਕਰਕੇ ਬਚਾ ਸਕੀਏ। ਆਸ ਕਰਦੀ ਹਾਂ ਕਿ ਵੀਡੀਓ ਚੰਗੀ ਲੱਗੀ ਹੋਵੇਗੀ, ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਰੱਬ ਰਾਖਾ, ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਚੜ੍ਹਦੀ ਕਲਾ 'ਚ ਰੱਖੇ, ਪਰਮਾਤਮਾ ਸਾਰੇ ਭੈਣ ਭਰਾਵਾਂ ਨੂੰ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ। ਰੱਬ ਰਾਖਾ ਜੀ।